फिर रोपना जो तां इदां सी वी लोकी सानू ना अपने ज मंग मंग के लिए होंगे भी साढ़े च खेलो तो साढ़े च अपनी अपनी टीम के खिलाने वास्ते मंग करते हाँ जी हाँ जी जी उस टाइम तक कबड्डी सी हाँ जी वधिया सी मुंडा जाफी भी तो रेटर भी खरा सी ठीक है पहले तो भाजी सानू कहिंदे होंदे सी पिछे रहो ना चढ़ के जाओ शायद फड़ना हो जाए ठीक है जी फिर मैं क्या भी इन्नी गल इदा हाँ भी तुहानू मैं दसूंगा भी की कहिंदे तुसीं आप कहना भाई जा चढ़ के हुण उत्तों दी जरा नाले दम की कबड्डी सी ਹੁਣ ਤਾਂ 30 ਸਕਿੰਟਾਂ ਦੀ ਕਬੱਡੀ ਹੈ ਠੀਕ ਹੈ ਜੀ ਤੁਹਾਡੇ ਸਮੇਂ ਤੇ ਪਹਿਲਾਂ ਮੂੰਹੋਂ ਕਬੱਡੀ ਕਬੱਡੀ ਬਹੁਤ ਖੇਡਿਆ ਜਾਂਦਾ ਸੀ ਅੱਜ 30 ਸੈਕਿੰਡ ਦੀ ਕਬੱਡੀ ਹੈ ਅੱਜ 30 ਸਕਿੰਟ ਦੀ ਕਬੱਡੀ ਹੈ ਉਹ ਇਦਾਂ ਜੇ ਮੈਂ ਤਾਂ ਛੋਟਾ ਚਲ ਗਿਆ ਵੱਡਾ ਭਾਜੀ ਹੈ ਇੱਥੇ ਅੱਛਾ ਸੋਈਆਂ ਪਿੰਡ ਮੈਚ ਹੋਏ ਸੋਈਆਂ ਕਰਾਲੇ ਲੱਗੇ ਜਿਹੜਾ ਠੀਕ ਹੈ ਜੀ ਉੱਥੇ ਨਾ ਗਾਂਧੀ ਤੇ ਮੰਗੀ ਆਇਆ ਅੱਛਾ ਜੀ ਉਧਰੋਂ ਗੜੀਏ ਆਏ ਤੇ ਦੇਖ ਕੇ ਕਹਿੰਦੇ ਅਸੀਂ ਬੰਦੇ ਲਿਆਏ ਗਏ ਅੱਛਾ ਜੀ ਮੁੜ ਕੇ ਦੋ ਕੁ ਮੁੰਡੇ ਹੋਰ ਆਏ ਧੁਖਿਆਂ ਪਾਣੀ ਵਾਲੇ ਦੇ ਵਿੱਚ ਬੰਦੇ ਲੈ ਗਏ ਉਹ ਮੁੜ ਕੇ ਆਏ ਨੇ ਅੱਛਾ ਜੀ ਉਹਨਾਂ ਨਾਲ ਮੈਂ ਤੇ ਇਸ ਭਾਜੀ ਛੋਟੇ ਕੁਮਾਰ ਨੇ ਤੇ ਇੰਦਰਜੀਤ ਜੋੜੀਏ ਨੇ ਜੋੜੀਏ ਅੱਛਾ ਜੀ ਅਸੀਂ ਆਹ ਕੱਪੜੇ ਕਹਿੰਦਾ ਮੈਂ ਮੰਗੀਆਲ ਹੋ ਗਿਆ ਤੇ ਇੰਦਰਜੀਤ ਦੂਏ ਪਾਸੇ ਹੋ ਗਿਆ ਇਹ ਵੀ ਮੇਰੇ ਵੱਲ ਹੋ ਗਿਆ ਅੱਛਾ ਜੀ ਅਸੀਂ ਫੇਰ ਵੀ ਦੋ ਤਿੰਨ ਚ ਫੈਲਾਤੇ ਗਾਂਧੀ ਬਹੁਤ ਤੜਾ ਸੀ ਬਹੁਤ ਚੜਾਈ ਸੀ ਗਾਂਧੀ ਅੱਛਾ ਤੁਹਾਡੇ ਸਮੇਂ ਤੇ ਜਦੋਂ ਤੁਸੀਂ ਖੇਡਦੇ ਹੁੰਦੇ ਉਸ ਟਾਈਮ ਤੇ ਗਾਂਧੀ ਹੁਣਾਂ ਦੀ ਪੂਰੀ ਚੜਾਈ ਸੀ ਪੂਰੀ ਚੜਾਈ ਜਿੱਦਾਂ ਹੁਣ ਅਲੇ ਪਾਲੇ ਹੁੰਦੀ ਹੈ ਇੱਕ ਜਿਹੜਾ ਕਹਿੰਦੇ ਜੀ ਝਿੰਗੜਾ ਤੋਂ ਕਾਇਆ ਬਹੁਤ ਮਸ਼ਹੂਰ ਸੀਗਾ ਕਾਇਆ ਨਾ ਮੈਂ ਖੇਲਿਆ ਜੀ ਉਹਨਾਂ ਨੇ ਖੇਲੇ ਨਾ ਮੜਾ ਦੱਸਿਓ ਕਿ ਉਹ ਕਿੱਦਾਂ ਦੇ ਪਲੇਅਰ ਸੀਗੇ ਕਾਇਆ ਖੇਲਦਾ ਸੀ ਤੇ ਕਾਇਆ ਮੈਂ ਵੀ ਨਹੀਂ ਦੇਖਿਆ ਸੀ ਅੱਛਾ ਜੀ ਸਾਨੂੰ ਲੈ ਗਿਆ ਉੱਥੇ ਉਹ ਝਿੰਗੜੀ ਨਾਲ ਉੱਥੇ ਸਕੂਲ 'ਚ ਹੁੰਦੇ ਮੈਚ ਅੱਛਾ ਜੀ ਕਹਿੰਦੇ ਪਰ ਕਾਇਆ ਮੇਰੇ ਵੀ ਦਿਮਾਗ 'ਚ ਕੋਈ ਗੱਲ ਨਹੀਂ ਸੀ ਪਰ ਕਾਇਆ ਕੀ ਆ ਭਾਈ ਕਾ ਪਰਵਾਹ ਹੀ ਕੋਈ ਨਹੀਂ ਆਏਗਾ ਕਾਇਆ ਹੋਊਗਾ ਤਾਂ ਕੋਈ ਗੱਲ ਨਹੀਂ ਮੈਂ ਕਿਹਾ ਅਸੀਂ ਅਸੀਂ ਮੈਂ ਇਕੱਠੇ ਕਰ ਲਿਆ ਇੱਦਾਂ ਉਦੋਂ ਤਿੰਨ ਹੀ ਖੜੇ ਹੁੰਦੇ ਹੁੰਦੇ ਸੀ ਮੁੰਡੇ ਖੇਡਣ ਵਾਲੇ ਯਾਨੀ ਚੈਨ ਦੇ ਵਿੱਚ ਤਿੰਨ ਜਾਣੇ ਲੱਗਦੇ ਸੀ ਐਦਾਂ ਮੈਂ ਇਕੱਠੇ ਕਰ ਲਿਆ ਮੈਨੂੰ ਪਤਾ ਸੀ ਵੀ ਜਿਹੜਾ ਬਾਹਰਲੀ ਕੰਨੀ ਤੇ ਹੁੰਦਾ ਨਾ ਮੁੰਡਾ ਉਹ ਵਧੀਆ ਲੱਗਦਾ ਠੀਕ ਹੈ ਮਾੜਾ ਨਹੀਂ ਲੱਗਦਾ ਠੀਕ ਮੈਂ ਕਿਹਾ ਲਾਉਣਾ ਹੀ ਬਾਹਰਲੀ ਕੰਨੀ ਵਾਲੇ ਨੂੰ ਹੱਥ ਆ ਭਾਵੇਂ ਜੋ ਮਰਜ਼ੀ ਹੋ ਜਾਏ ਤੋ ਅੱਗੇ ਕਲਾ ਮੈਚ ਆ ਗਿਆ ਉੱਥੇ ਨਾ ਜਿਹਨ ਨੂੰ ਹੀ ਪੁੱਛਣ ਕਹਿੰਦੇ ਵੀ ਖੇਲਣਾ ਪਟੋਰੀ ਨਾ ਇਹ ਪਹਿਲੇ ਉਹ ਆਏ ਗੜੀਏ ਕਹਿੰਦੇ ਅਸੀਂ ਨਹੀਂ ਖੇਲਣਾ ਫਿਰ ਆਏ ਪੰਮਾ ਹੁਣੀ ਕਹਿੰਦੇ ਅਸੀਂ ਨਹੀਂ ਖੇਲਣਾ ਫਿਰ ਅੰਬਾਲੀਆਂ ਨੂੰ ਕਹਿੰਦੇ ਖੇਲਣਾ ਕਹਿੰਦੇ ਨਹੀਂ ਖੇਲਣਾ ਮੈਂ ਕਿਹਾ ਪਾ ਮੈਚ ਆ ਸਾਡੇ ਨਾਲ ਮੈਨੂੰ ਗੋਪੀ ਭਾਜੀ ਹੁਣਾਂ ਦੱਸਿਆ ਕਿ ਤੁਹਾਡੇ ਚੋਂ ਸੰਦੀਪ ਨੰਗਲ ਆਉਂਦਾ ਸੰਦੀਪ ਲੱਲੀਆਂ ਵਾਲੇ ਨਾਲ ਵੀ ਸ਼ਾਇਦ ਖੇਡੇ ਨਾ ਅਸੀਂ ਖੇਲੇ ਉਹਨਾਂ ਇੱਥੇ ਪੇ ਉਹ ਨਾ ਜਿੰਦੇ ਉਹਨਾਂ ਨੇ ਸੰਦੀਪ ਲੱਲੀਆਂ ਵਾਲਾ ਲਿਆਂਦਾ ਸੀ ਅਸੀਂ ਨਾਣੂ ਤਾਂ ਬੀੜਾ ਲੈ ਕੇ ਆਏ ਸੀ ਮੈਂ ਆਪ ਕੋਚ ਫੈਕਟਰੀ ਲੈ ਕੇ ਆਇਆ ਸੀ ਅੱਛਾ ਜੀ ਉਦੋਂ ਦੋ ਮੁੰਡੇ ਬਾਹਰੋਂ ਪਾਣ ਅਸੀਂ ਰੱਖੇ ਸੀ ਮੈਂ ਅਸੀਂ ਟੂਰਨਾਮੈਂਟ ਕਰਾਇਆ ਸੀ ਅੱਛਾ ਜੀ ਇਹ ਜੀ ਸੰਦੀਪ ਤੇ ਇੱਕ ਹੋਰ ਉਹਦਾ ਮੁੰਡਾ ਨਾਂ ਨਹੀਂ ਮੈਨੂੰ ਇਹ ਲਿਆ ਰਿਹਾ ਉਹ ਜਾਫੀ ਸੀ ਤੇ ਸੰਦੀਪ ਇਹ ਰੇਡਾਂ ਪਾਉਂਦਾ ਸੀ ਜਿਸ ਟਾਈਮ ਤੇ ਸੰਦੀਪ ਤੁਹਾਡੇ ਪਿੰਡ ਖੇਡਣ ਆਇਆ ਸੀ ਤੁਹਾਡੇ ਨਾਲ ਟੂਰਨਾਮੈਂਟ ਦੇ ਉੱਤੇ ਉਸ ਟਾਈਮ ਤੇ ਸੰਦੀਪ ਦਾ ਕਿੰਨਾ ਕੁ ਨਾਮ ਸੀਗਾ ਵਧੀਆ ਨਾਮ ਸੀ ਉਸ ਟਾਈਮ ਤੇ ਕੱਛੇ ਬਣਾ ਦਿੰਦੇ ਸੀ ਸਾਬਣ ਦਾ ਨੀਆ ਗਲਾਸ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਰੰਗ ਟੀ ਵੀ ਦੇਖ ਰਹੇ ਸਾਰੇ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪਹਿਲੇ ਸਮਿਆਂ ਦੇ ਵਿੱਚ ਆਪਣੇ ਸਮੇਂ ਦੇ ਵਿੱਚ ਕਬੱਡੀ ਦੇ ਵਿੱਚ ਧੁੰਮਾ ਪਾਉਣ ਵਾਲੇ ਤਿੰਨ ਪਲੇਅਰਾਂ ਦੇ ਨਾਲ ਤਿੰਨੇ ਹੀ ਸਕੇ ਭਰਾ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਅੱਤ ਕਰਾਈ ਕਬੱਡੀ ਦੇ ਵਿੱਚ ਉਹ ਆਪਾਂ ਤੁਹਾਨੂੰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਅੱਜ ਪੁੱਜੇ ਹਾਂ ਪਿੰਡ ਜੌਲਾ ਜ਼ਿਲ੍ਹਾ ਹੁਸ਼ਿਆਰਪੁਰ ਜਿੱਥੇ ਦੇ ਤਿੰਨ ਨਾਮੀ ਪਲੇਅਰ ਸਾਡੇ ਨਾਲ ਮੌਜੂਦ ਆ ਆਪਾਂ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੀ ਜੀਵਨੀ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਤੁਹਾਡਾ ਤਿੰਨਾਂ ਦਾ ਸਾਡੇ ਇਸ ਯੂਟਿਊਬ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਧੰਨਵਾਦ ਬਹੁਤ ਬਹੁਤ ਜੀ ਅੱਜ ਆਪਾਂ ਤੁਹਾਡੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਤੁਹਾਡੇ ਸਮੇਂ ਦੇ ਵਿੱਚ ਕਬੱਡੀ ਚੱਲਦੀ ਸੀਗੀ ਉਹ ਕਿਵੇਂ ਸੀਗੀ ਅਤੇ ਅੱਜ ਦੀ ਕਬੱਡੀ ਕਿਵੇਂ ਆ ਔਰ ਪਹਿਲਾਂ ਸਾਡਾ ਸਵਾਲ ਹੈਗਾ ਕਿ ਤੁਸੀਂ ਜਦੋਂ ਕਬੱਡੀ ਕਬੱਡੀ ਦੀ ਸ਼ੁਰੂਆਤ ਕਦੋਂ ਕੀਤੀ ਦੇਖੋ ਜੀ ਗੱਲ ਇੱਦਾਂ ਵੀ ਅਸੀਂ 60 ਤੋਂ ਅਤੇ 55 ਤੋਂ ਸ਼ੁਰੂ ਹੋਏ ਹਾਂ ਜੀ ਠੀਕ ਹੈ ਜੀ ਅਤੇ ਮੁੜ ਕੇ ਫਿਰ ਵੱਧ ਤੋਂ ਵੱਧ ਵੀ ਸ਼ੌਕ ਪੈ ਗਿਆ ਦਿਲ 'ਚ ਅਤੇ ਬਸ ਫਿਰ ਓਪਨ ਤੱਕ ਪਹੁੰਚ ਗਏ ਜੀ ਠੀਕ ਹੈ ਜੀ ਅਤੇ ਓਪਨ ਤੋਂ ਲੱਗ ਕੇ ਫਿਰ ਤਾਂ ਮੁੜ ਕੇ ਅਸੀਂ ਹਰ ਇੱਕ ਪਿੰਡ ਦੇ ਨਾਲ ਮੈਚ
ਖੜਕਵਾਂ ਹੁੰਦਾ ਸੀ ਜਿਹੜਾ ਦੁਨੀਆ ਦੇਖਦੀ ਸੀ। ਠੀਕ ਹੈ ਜੀ। ਕਿ ਇੰਨੇ ਇੰਨੇ ਮੁੰਡੇ ਪਲੇਅਰ ਕਿ ਔਰ ਮੇਦੀ ਵਾਲੇ ਜਿਹੜੇ ਸੀ ਨਾ ਉਹ ਕੀ ਉਹਦਾ ਨਾਂ ਸੀ ਯਾਰ ਕਿੰਦੂ ਇੱਕ ਹੋਰ ਸੀ ਮੁੰਡਾ ਰਮੀਦੀ ਦਾ, ਉਹਨਾਂ ਨੇ ਵੀ ਇੱਥੇ ਮਾਨਗੜ੍ਹ ਬਹੁਤ ਮੈਚ ਲਾਏ ਅਸੀਂ। ਠੀਕ ਹੈ ਜੀ। ਡੱਫਰ ਨਾਲ ਵੀ ਮੈਚ ਲਾਏ, ਫਿਰ ਅਰਧਾਵਿਆਂ ਨਾਲ ਵੀ ਮੈਚ ਲਾਏ, ਗੋਂਦਪੁਰ ਰਾਣੇ ਨਾਲ ਵੀ ਮੈਚ ਲਾਏ ਅਸੀਂ। ਤੁਸੀਂ ਜਦੋਂ ਸ਼ੁਰੂਆਤ ਕੀਤੀ ਸੀ ਕਿ ਬਜਨੀ ਕਬੱਡੀ ਤੋਂ ਕੀਤੀ ਸੀ? ਬਜਨ ਤੋਂ। ਕਿੰਨੇ ਵਜਨ ਤੋਂ ਖੇਡਦੇ ਸੀਗੇ? 55 ਤੋਂ ਲੱਗ ਪਏ ਸੀ ਖੇਲ। ਅੱਛਾ ਜੀ। 55 ਤੋਂ ਖੇਡਦੇ ਓਪਨ ਦੇ ਵਿੱਚ ਆਏ, 55 ਤੋਂ ਲੱਗ ਕੇ ਫਿਰ 60-65 ਤੱਕ ਵੀ ਖੇਲੇ। ਠੀਕ ਹੈ। ਫਿਰ ਭਾਰ ਵਧੀ ਚਲੇ ਗਿਆ, ਫਿਰ 70 ਤੇ ਫਿਰ ਓਪਨ ਹੀ ਆ ਜਾਂਦੀ ਆ। ਠੀਕ ਹੈ ਠੀਕ ਹੈ। ਅਤੇ ਫਿਰ ਓਪਨਾਂ 'ਚ ਲੱਗ ਪਏ ਖੇਲਣ, ਫਿਰ ਓਪਨਾਂ 'ਚ ਤਾਂ ਇੱਦਾਂ ਸੀ ਵੀ ਲੋਕ ਸਾਨੂੰ ਨਾ ਆਪਣੇ 'ਚ ਮੰਗ ਕੇ ਲਿਜਾਂਦੇ ਹੁੰਦੇ ਸੀ ਵੀ ਸਾਡੇ 'ਚ ਖੇਲੋ ਤਾਂ ਸਾਡੇ 'ਚ, ਆਪਣੀ ਆਪਣੀ ਟੀਮ ਦੇ ਵਿੱਚ ਖਿਡਾਉਣ ਵਾਸਤੇ ਤੁਹਾਡੀ ਮੰਗ ਕਰਦੇ ਸੀ। ਹਾਂਜੀ ਹਾਂਜੀ। ਜਿਹੜੀ ਉਸ ਟਾਈਮ 'ਤੇ ਕਬੱਡੀ ਸੀਗੀ, ਹਾਂਜੀ, ਅਤੇ ਅੱਜ ਦੀ ਕਬੱਡੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਅੱਜ ਦੀ ਕਬੱਡੀ ਸਾਡੇ ਨਹੀਂ ਪਸੰਦੇ ਆ। ਅੱਛਾ ਜੀ। ਤੁਹਾਡੇ ਸਮੇਂ ਤੇ ਜਿਹੜੀ ਕਬੱਡੀ ਖੇਲੀ ਜਾਂਦੀ ਸੀਗੀ, ਹਾਂਜੀ, ਉਹ ਕਿਹੜੀ ਔਰ ਕਿੱਦਾਂ ਦੀ ਖੁਰਾਕ ਖਾ ਕੇ ਖੇਲੀ ਜਾਂਦੀ ਸੀ? ਦੇਖੋ ਜੀ, ਅਸੀਂ ਘਿਓ ਦੁੱਧ ਤੋਂ ਤਾਂ ਕੋਈ ਚੀਜ਼ ਹੋਰ ਕੋ ਖਾਂਦੇ ਹੀ ਨਹੀਂ ਸੀ। ਠੀਕ ਹੈ। ਬਸ ਅਸੀਂ ਤਾਂ ਮਿਹਨਤ ਮਾਰਨੀ ਪੂਰੀ ਠੋਕ ਰੱਖ ਕੇ। ਠੀਕ ਹੈ ਜੀ। ਤੇ ਮਿਹਨਤ ਮਾਰ ਕੇ ਤੇ ਬਸ ਫਿਰ ਸ਼ੌਕ ਇੰਨਾ ਹੀ ਹੋ ਗਿਆ ਸੀ ਵੀ ਜਿੱਥੇ ਵੀ ਕਿਤੇ ਮੈਚ ਹੁੰਦੇ ਸੀ ਨਾ ਅਸੀਂ ਉੱਥੇ ਹੀ ਚੱਲ ਜਾਂਦੇ, ਭਾਵੇਂ ਗਰੀਬੀ ਵੀ ਸੀ ਘਰ 'ਚ, ਦੌੜ ਕੇ ਹੀ ਚੱਲ ਜਾਣਾ ਉੱਥੇ। ਇੰਨਾ ਠਰਕ ਸੀ ਦਿਮਾਗ ਦੇ ਵਿੱਚ। ਤੁਸੀਂ ਤਿੰਨੇ ਭਰਾ ਕਬੱਡੀ ਖੇਡਦੇ ਸੀ? ਤਿੰਨੇ ਹੀ। ਤਿੰਨਾਂ ਨੇ ਇਕੱਠਿਆਂ ਤੋਂ ਸ਼ੁਰੂ ਕੀਤੀ, ਇਕੱਠੇ ਹੀ ਖੇਡਣੇ ਸ਼ੁਰੂ ਕੀਤੀ? ਬਾਅਦ ਚ ਲੱਗੇ ਥੋੜਾ ਚਿਰ। ਅੱਛਾ ਜੀ। ਹਾਂ, ਮੈਂ ਤਾਂ ਪਹਿਲੇ ਸਟਾਰਟ ਤੋਂ ਹੀ, ਫਿਰ ਸਾਡੇ ਪਿੰਡ ਦੇ ਇੱਥੇ ਨਿੰਦਰ ਕੈਲ ਹੋਣੀ ਸੀਗੇ। ਠੀਕ ਹੈ ਜੀ। ਵਧੀਆ ਸੀ ਮੁੰਡਾ, ਜਾਫੀ ਵੀ ਤਾਂ ਰੇਟਰ ਵੀ ਖਰਾ ਸੀ ਉਹ। ਠੀਕ ਹੈ ਜੀ। ਪਹਿਲਾਂ ਤਾਂ ਭਾਜੀ ਸਾਨੂੰ ਉਹ ਕਹਿੰਦੇ ਹੁੰਦੇ ਸੀ ਪਿੱਛੇ ਰਹੋ ਨਾ ਚੜ ਕੇ ਜਾਓ ਵੀ ਸ਼ਾਇਦ ਫੜਨਾ ਹੋ ਜਾਵੇ। ਠੀਕ ਹੈ ਜੀ। ਫਿਰ ਮੈਂ ਕਿਹਾ ਵੀ ਇੰਨੀ ਗੱਲ ਇੱਦਾਂ ਆ ਵੀ ਤੁਹਾਨੂੰ ਮੈਂ ਦੱਸੂਗਾ ਵੀ ਕੀ ਕਹਿੰਦੇ, ਤੁਸੀਂ ਆਪ ਕਹਿਣਾ ਵੀ ਜਾ ਚੜ ਕੇ ਹੁਣ ਉੱਤੋਂ ਦੀ ਜਰਾ ਗੇੜ, ਨਾਲੇ ਦਮ ਦੀ ਕਬੱਡੀ ਸੀ, ਹੁਣ ਤਾਂ 30 ਸਕਿੰਟਾਂ ਦੀ ਕਬੱਡੀ ਹੈ। ਠੀਕ ਹੈ ਜੀ। ਤੁਹਾਡੇ ਸਮੇਂ ਤੇ ਪਹਿਲਾਂ ਮੂੰਹੋਂ ਕਬੱਡੀ ਬਹੁਤ ਖੇਡਿਆ ਜਾਂਦਾ ਸੀ, ਅੱਜ 30 ਸੈਕਿੰਡ ਦੀ ਕਬੱਡੀ, ਅੱਜ 30 ਸਕਿੰਟ ਦੀ ਕਬੱਡੀ ਹੈ। ਠੀਕ ਹੈ ਠੀਕ ਹੈ। ਔਰ ਤੁਹਾਡੇ ਸਮੇਂ ਦੇ ਵਿੱਚ ਪਹਿਲਾਂ ਤਾਂ ਆਪਾਂ ਤਿੰਨਾਂ ਭਰਾਵਾਂ ਨੂੰ ਇੱਕ ਸਵਾਲ ਕਰਦਾ ਹੈਗਾ ਕਿ ਤੁਸੀਂ ਕਿਹਦੇ ਵੱਲ ਦੇਖ ਕੇ ਉਤਸ਼ਾਹਿਤ ਹੋਏ ਕਿ ਮੈਂ ਵੀ ਕਬੱਡੀ, ਆਪਾਂ ਵੀ ਕਬੱਡੀ ਖੇਡੀਏ, ਕਿ ਜਾਂ ਘਰ ਦੇ ਵਿੱਚ ਕੋਈ ਮਾਂ ਭਰਾ ਭੈਣ ਭਰਾ ਵੱਡਾ ਸਾਡੇ ਤੋਂ ਪਹਿਲਾਂ ਕੋਈ ਖੇਡਦਾ ਸੀਗਾ? ਨਹੀਂ, ਖੇਡਿਆ ਮੈਂ ਹੀ ਹਾਂ ਜੀ ਵੱਡਾ। ਸਾਡੇ ਇੱਥੇ ਉਹੀ ਮੁੰਡੇ ਸਾਡੇ ਨਾ ਪਿੰਡ ਦੇ ਸੀਗੇ, ਉਹ ਮੁੰਡਿਆਂ ਨੂੰ ਨਾ ਬੜਾ ਸ਼ੌਕ ਸੀ, ਮੁੰਡਾ ਉੱਦਾਂ ਵੀ ਵਧੀਆ ਸੀ ਉਹ ਜਿਹੜਾ ਕੈਲ ਸੀਗਾ। ਠੀਕ ਹੈ ਜੀ। ਵਧੀਆ ਸੀ, ਮਾੜਾ ਨਹੀਂ ਸੀ ਸੀਗਾ, ਤਾਂ 60-62 ਕਿਲੋ ਵਾਲਾ ਹੀ। ਠੀਕ ਹੈ। ਪਰ ਉਹ ਬੰਦਿਆਂ ਨੂੰ ਵੀ ਜੱਫੇ ਲਾ ਦਿੰਦਾ ਸੀ ਉਹ। ਠੀਕ ਹੈ। ਤੁਸੀਂ ਕੀ ਕਰਦੇ ਸੀ? ਜੱਫੇ ਲਾਉਂਦੇ ਸੀ ਜਾਂ ਰੇਡਰ ਸੀ ਭਾਜੀ? ਅੱਛਾ। ਤੇ ਜਿਹੜੇ ਪਰਲੇ ਪਾਸੇ ਅੰਕਲ ਬੈਠੇ, ਦੋਨੇ ਜਾਫੀ ਸੀ? ਅੱਛਾ, ਦੋਨੇ ਜਾਫੀ ਸੀ। ਦੋਨੇ। ਤੁਹਾਡੇ ਸਮੇਂ ਦੇ ਵਿੱਚ ਉਸ ਟਾਈਮ ਤੇ ਕਿਹੜੇ ਕਿਹੜੇ ਟੌਪ ਦੇ, ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਹੜੇ ਕਿਹੜੇ ਟੌਪ ਦੇ ਪਲੇਅਰ ਹੁੰਦੇ ਸੀਗੇ ਜਿਨ੍ਹਾਂ ਦੇ ਨਾਲ ਤੁਸੀਂ ਖੇਡੇ ਹੋ? ਦੇਖੋ ਜੀ, ਗੱਲ ਇੱਦਾਂ ਪਈ, ਅਸੀਂ ਨਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਤੁਹਾਨੂੰ ਗੱਲ ਕੀ ਦੱਸਣੀ ਪਈ, ਅਸੀਂ ਇੱਥੋਂ ਦੀ ਟੀਮ ਵੀ ਵਧੀਆ ਸੀ ਡੱਫਰੀਆਂ ਦੀ ਵੀ। ਅੱਛਾ ਜੀ। ਨੰਗਲ ਦਾਤੇ ਦੀ ਵੀ। ਅੱਛਾ ਜੀ। ਗੋਂਦਪੁਰ ਆਣੇ ਦੀ ਵੀ। ਅੱਛਾ ਜੀ। ਤੇ ਗੜ੍ਹ ਦੀ, ਗੜ੍ਹ ਗੋਗਾ ਤਾਂ ਬਾਅਦ 'ਚ ਉੱਠਿਆ ਸਾ ਤੋਂ, ਜੀਆ ਸੋਤਾ ਸੀਗਾ, ਮਾਲਾ ਜੱਟਾਂ ਸੀਗਾ, ਅਜਿੰਦਾ ਹੋਣੀ ਜਿਹੜੇ। ਠੀਕ ਹੈ ਜੀ। ਉੱਠੇ ਸੀਗੇ। ਠੀਕ ਹੈ ਜੀ। ਭਾਗੀਆਂ ਟੱਟਾਂ, ਟੱਟਾ ਭਾਗੀਆਂ, ਠੀਕ, ਜੋੜਾ। ਠੀਕ ਹੈ ਜੀ। ਉਸ ਟਾਈਮ ਤੇ ਤੁਸੀਂ ਜਦੋਂ ਖੇਲਦੇ ਹੁੰਦੇ ਸੀਗੇ, ਉਸ ਟਾਈਮ ਤੇ ਸਟਾਰ ਪਲੇਅਰ ਕਿਹੜਾ ਸੀਗਾ ਜਿਹੜਾ ਬਹੁਤ ਜ਼ਿਆਦਾ ਨਾਮ ਸੀਗਾ, ਜਿਨ੍ਹਾਂ ਦੇ ਨਾਲ ਤੁਹਾਡਾ ਮੈਚ ਬਹੁਤ ਜ਼ਿਆਦਾ ਫਸਦਾ ਹੋਵੇ? ਦੇਖੋ ਜੀ, ਮੈਚ ਸਾਡਾ ਨਾ ਜ਼ਿਆਦਾ ਤੋਂ ਜ਼ਿਆਦਾ ਤਾਂ ਡੱਫਰੀਆਂ ਨਾਲ ਤਾਂ ਤੀਰਥੇ ਨੇ ਫਸਦਾ ਸੀਗਾ। ਡੱਫਰੀਆਂ ਨੇ, ਦੂਜੇ ਕਿਹੜੇ? ਠੀਕ ਹੈ, ਨੰਗਲ ਦਾਤੇ। ਠੀਕ ਹੈ ਠੀਕ। ਉਹਨਾਂ ਨੇ ਫਸਦਾ ਸੀ, ਚਲੋ ਕਦੀ ਉਹ ਜਿੱਤ ਜਾਂਦੇ ਹੁੰਦੇ ਸੀ ਤਾਂ ਕਦੀ ਅਸੀਂ ਜਿੱਤ ਜਾਂਦੇ ਹੁੰਦੇ ਸੀ, ਇੰਨਾ ਕੀ ਫਰਕ ਹੁੰਦਾ ਸੀ। ਉਹ ਹੇਰਾ ਫੇਰੀ ਨਾਲ ਜਿੱਤਦੇ ਸੀ, ਅਸੀਂ ਹੇਰਾ ਫੇਰੀ ਨਹੀਂ ਕਰਦੇ ਸੀ। ਠੀਕ ਹੈ ਠੀਕ ਹੈ। ਅਸੀਂ ਹੇਰਾ ਫੇਰੀ ਨਹੀਂ ਕਰਦੇ, ਠੀਕ ਹੈ, ਉਹ ਹੇਰਾ ਫੇਰੀ ਨਾਲ ਜਿੱਤਦੇ ਹੁੰਦੇ। ਔਰ ਤੁਹਾਡੀ ਜਦੋਂ ਤੁਸੀਂ ਕਬੱਡੀ ਦੀ ਸ਼ੁਰੂਆਤ ਕੀਤੀ, ਜ਼ਿੰਦਗੀ ਦਾ ਪਹਿਲਾ ਮੈਚ ਕਿੱਥੇ ਖੇਡਿਆ? ਇੱਥੇ ਜੋਲਾ ਪਿੰਡ 'ਚ। ਜੋਲਾ ਹੀ ਖੇਡਿਆ ਗਿਆ। ਔਰ ਕਿਵੇਂ ਦਾ ਲੱਗਾ ਸੀਗਾ? ਸਾਨੂੰ ਤਾਂ ਬਹੁਤ ਵਧੀਆ ਲੱਗਾ ਜੀ। ਠੀਕ ਹੈ ਜੀ। ਉਸ ਪਹਿਲੇ ਮੈਚ ਦੇ ਵਿੱਚ ਕੀ ਪ੍ਰੋਗਰੈਸ ਆਈ ਸੀਗੀ, ਜਿੱਤੇ ਸੀ ਜਾਂ ਹਾਰੇ ਸੀ ਜਾਂ ਕਿੱਦਾਂ ਰਿਹਾ? ਨਹੀਂ, ਮੈਚ ਤਾਂ ਅਸੀਂ ਵੈਸੇ ਹੀ ਜਿੱਤ ਜਾਂਦੇ ਸੀ ਨਾ, ਮੁੰਡੇ ਬਹੁਤ ਖਰੇ ਸਾਡੇ। ਠੀਕ ਹੈ ਜੀ। ਆ ਇੱਕੋ ਜਿਹੇ ਮੁੰਡੇ ਸੀਗੇ ਤੇ ਰੇਡਾਂ 'ਚ ਮੈਂ ਨਹੀਂ ਡੱਕ ਹੁੰਦਾ ਹੁੰਦਾ ਸੀ, ਭਾਵੇਂ ਜੋ ਮਰਜ਼ੀ ਕੋ ਕਰ ਲੈ, ਕਿਤੇ ਮਹਾਰਾਜ ਨਾ ਕਿਤੇ। ਡਾਕਟਰ ਸੀ ਮੁੰਡਾ ਸੋਢੀ, ਇੱਕ ਮੁੰਡਾ ਡਾਕਟਰ ਸੀ ਸੋਢੀ, ਉਹ ਹਟ ਗਿਆ 2 ਸਾਲ ਹੀ, ਫਿਰ ਬਾਅਦ ਚਲੇ ਗਿਆ ਗੜਦੀ ਵਾਲੇ ਚਲੇ ਗਿਆ। ਇੱਕ ਇੱਕ ਜਣਾ ਬੋਲੋ ਜੀ। ਹਾਂਜੀ, ਤੂੰ ਉਹਨਾਂ ਨਾਲ ਬੋਲ। ਅੱਛਾ, ਗੜਦੀ ਵਾਲਾ ਇੱਕ ਭਾਈ ਮਰੀਕ ਸਾਡੇ ਇੱਥੇ ਰਹਿੰਦਾ ਸੀ ਜੋਲਾ। ਅੱਛਾ ਜੀ। ਉਹ ਵੀ ਖਰਾ ਸੀ। ਠੀਕ ਹੈ ਜੀ। ਇੱਕ ਮੁੰਡਾ ਜਸਵੀਰ ਸੀ ਇੱਥੋਂ ਦਾ, ਉਹ ਬਸ ਮਿਸਾਲ ਕੀ ਖੇਲਿਆ।
ਠੀਕ ਹੈ ਜੀ। ਹਾਂ ਬਾਅਦ ਚ ਉਹ ਵੀ ਬਸ ਹੋ ਗਿਆ। ਔਰ ਲੋਕੀ ਫੇਲ ਲੱਗ ਗਏ। ਹਾਂ ਔਰ ਤੁਸੀਂ ਰੇਡਾ ਪਾਉਂਦੇ ਸੀ? ਰੇਡਾ ਜੀ। ਤੇ ਤੁਸੀਂ ਅੰਕਲ ਜੱਫਾ ਲਾਉਂਦੇ ਸੀ? ਜੱਫੇ ਲਾਉਂਦੇ। ਜੱਫੇ ਲਾਉਂਦੇ। ਅੱਛਾ ਜੀ, ਤੁਹਾਡਾ ਪਹਿਲਾ ਮੈਚ ਵੀ ਜੋਲੇ ਸੀਗਾ? ਹਾਂਜੀ ਹਾਂਜੀ, ਇਕੱਠੇ ਸੀਗੇ। ਠੀਕ ਹੈ, ਤਿੰਨੇ ਭਰਾ ਇਕੱਠੇ ਹੀ ਖੇਡੇ? ਹਾਂਜੀ ਹਾਂਜੀ। ਠੀਕ ਹੈ ਠੀਕ ਹੈ। ਤੁਹਾਡੀ ਜੋ ਜਿਸ ਟਾਈਮ ਤੇ ਤੁਸੀਂ ਕਬੱਡੀ ਖੇਡਦੇ ਸੀਗੇ ਉਸ ਟਾਈਮ ਤੇ ਆਪਣੇ ਜਿਹੜੇ ਲਾਗੇ ਛਾਗੇ ਦੇ ਪਿੰਡਾਂ ਵਿੱਚ ਸਭ ਤੋਂ ਤਗੜੀ ਚੈਂਪੀਅਨਸ਼ਿਪ ਜਾਂ ਕਬੱਡੀ ਦੇ ਕੱਪ ਕਿੱਥੇ ਕਿੱਥੇ ਹੁੰਦੇ ਸੀਗੇ? ਸਾਡੇ ਦਰਸ਼ਕ ਵੀਰਾਂ ਨੂੰ ਉਹਨਾਂ ਬਾਰੇ ਵੀ ਦੱਸੋ ਜੀ। ਉਹ ਭਾਜੀ ਕੱਪ ਇਦਾਂ ਹੁੰਦੇ ਸੀਗੇ, ਚੀਲਡਾ ਹੀ ਦਿੰਦੇ ਹੁੰਦੇ ਸੀ। ਅੱਛਾ ਜੀ। ਤੇ ਤੁਹਾਨੂੰ ਹੁਣ ਸੱਚੀ ਗੱਲ ਦੱਸੀ ਵੀ ਮੁੰਡੇ ਕਿਸੇ ਪਿੰਡ 'ਚ ਵੀ ਮਾੜੇ ਨਹੀਂ ਸੀ। ਅੱਛਾ ਜੀ। ਵਧੀਆ ਸੀਗੇ, ਜਿੱਤਦੇ ਸੀ ਤਾਂ ਜ਼ੋਰ ਨਾਲ ਜਿੱਤ ਕੇ ਲਿਜਾਈਦੀ ਸੀ। ਜੀ ਜੀ ਜੀ। ਇਦਾਂ ਥੋੜੋ ਧੁੱਗੇ ਪਿੰਡ ਵੀ ਕੱਪ ਵਧੀਆ ਹੁੰਦਾ ਸੀ, ਇੱਥੇ ਵੀ ਵਧੀਆ ਹੁੰਦਾ ਮਾੜਾ ਜਿਹਾ ਵੀ ਜੋਣਾ ਵਿੱਚ ਵੀ। ਅੱਛਾ ਜੀ। ਦੱਫਲ ਵੀ ਹੁੰਦਾ ਸੀ ਮੈਚ, ਇੱਥੇ ਤਾਂ ਕੁਸ਼ਤੀਆਂ ਵੀ ਕਰਾਉਂਦੇ ਹੁੰਦੇ ਸਾਡੇ ਦਰਸ਼ਕ ਵੀਰਾਂ ਨੂੰ। ਤੁਸੀਂ ਜਿਹੜੀ ਬੁੱਢੀ ਪਿੰਡ ਚੈਂਪੀਅਨਸ਼ਿਪ ਬਾਰੇ ਗੱਲਬਾਤ ਕਰਦੇ ਸੀਗੇ, ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਦੱਸਿਓ ਜੀ, ਉਹ ਕਿਵੇਂ ਦੀ ਸੀਗੀ? ਇੱਥੇ ਚੈਂਪੀਅਨਸ਼ਿਪ ਦਾ ਜੀ ਟੂਰਨਾਮੈਂਟ ਰੱਖਿਆ ਸੀ ਹੈਡਮਾਸਟਰ ਮਰੀਤ ਸਿੰਘ ਨੇ। ਠੀਕ ਹੈ ਜੀ। ਇੱਥੇ ਫਿਰ 12 ਜ਼ਿਲ੍ਹੇ ਇਕੱਠੇ ਹੋਏ ਸੀ। 12 ਜ਼ਿਲ੍ਹੇ? 12 ਜ਼ਿਲ੍ਹੇ। ਠੀਕ ਹੈ ਜੀ। 12 ਜ਼ਿਲ੍ਹੇ ਇਕੱਠੇ ਹੋਏ ਸੀ, ਉਹਦੇ 'ਚ ਖੇਡਣੇ ਸੀ ਮੈਂ ਅਤੇ ਨੰਗਲ ਦਾ ਤੀਆ ਤੀਰਥਾ। ਠੀਕ ਹੈ ਜੀ। ਮੈਂ ਰੇਡਾ ਪਾਉਂਦਾ ਸੀ ਅਤੇ ਤੀਰਥਾ ਜਾਫੀ ਸੀਗਾ। ਠੀਕ ਹੈ ਜੀ। ਐਵੇਂ ਝੂਠੇ ਬੋਲਣਾ, ਤੀਰਥੇ ਨੇ ਵੀ ਚੰਗੇ ਚੱਫੇ ਲਾ ਦਿੱਤੇ ਸੀ। ਠੀਕ ਹੈ ਜੀ। ਅਤੇ ਆਪਾਂ ਰੇਡਾਂ ਕੱਢਦੇ ਸੀ। ਅਤੇ ਉਹ ਚੈਂਪੀਅਨਸ਼ਿਪ ਫਿਰ ਉਸ ਟਾਈਮ 'ਤੇ ਕਿਹੜੇ ਜ਼ਿਲ੍ਹੇ ਨੇ ਜਿੱਤੀ ਸੀ? ਉਹ ਲੈ ਗਿਆ ਸੀ ਮੰਦਰ ਹੁਣ ਵੀ ਗਏ ਸੀ ਭਲਾ ਖਿਆਲ ਨਹੀਂ ਫਰੀਦਕੋਟ, ਫਰੀਦਕੋਟ ਵਾਲੇ ਲਗਾਏ ਸੀ ਮੇਰੇ ਸਾਹਿਬ। ਠੀਕ ਹੁਣੀ ਹਰ ਗਏ ਸੀ। ਠੀਕ ਹੈ। ਅਤੇ ਬੜਾ ਬਹੁਤ ਖਰਾ ਜੀ। ਅਤੇ ਤੁਸੀਂ ਥੋੜ੍ਹਾ ਟਾਈਮ ਪਹਿਲਾਂ ਗੱਲਬਾਤ ਕੀਤੀ ਸੀਗੀ ਕਿ ਆਪਾਂ ਮੰਗੀ ਹੋਣੀ ਜਿਹੜੇ ਸੁਰਖਪੁਰ ਵਾਲੇ, ਉਹਨਾਂ ਦੇ ਨਾਲ ਜਿਹੜੇ ਪੁਰਾਣੇ ਪਲੇਅਰ ਤੁਹਾਡੇ ਨਾਲ ਖੇਲੇ ਉਹਨਾਂ ਦੇ ਸਾਡੇ ਦਰਸ਼ਕ ਵੀਰਾਂ ਨੂੰ ਨਾਮ ਦੱਸਿਓ ਜੀ। ਮੰਗੀ ਤੇ ਆਪਾਂ ਕਲਗੀਰੇ ਹੋਣਾ ਨਾਲ ਖੇਲੇ ਆ ਜੀ। ਅੱਛਾ ਜੀ। ਆ ਇੱਥੇ ਵਾਲੇ ਜੱਟਾਂ ਗਾਂਧੀ। ਠੀਕ ਹੈ ਜੀ। ਗਾਂਧੀ ਹੋਣਾ ਨਾ। ਠੀਕ ਹੈ ਜੀ। ਧੀਰਾ, ਧੀਰਾ ਪੋਲੇ ਹੋਣਾ ਨਾ। ਠੀਕ ਹੈ ਜੀ। ਮੈਂ ਦੱਸੋ ਦੱਸੋ ਜੀ। ਉਹ ਇਦਾਂ ਜੀ, ਮੈਂ ਤਾਂ ਛੋਟਾ ਚਲਾ ਗਿਆ, ਵੱਡਾ ਭਾਜੀ ਹੈ ਇੱਥੇ। ਅੱਛਾ। ਸੋਈਆਂ ਪਿੰਡ ਮੈਚ ਹੋਏ, ਸੋਈਆਂ ਕਰਾਲੇ ਲੱਗੇ ਜਿਹੜਾ। ਠੀਕ ਹੈ ਜੀ। ਉੱਥੇ ਨਾ ਗਾਂਧੀ ਤੇ ਮੰਗੀ ਆਇਆ। ਅੱਛਾ ਜੀ। ਉਧਰੋਂ ਗੜੀਏ ਆਏ ਤੇ ਦੇਖ ਕੇ ਕਹਿੰਦੇ ਅਸੀਂ ਬੰਦੇ ਲਿਆਏਗੇ। ਅੱਛਾ ਜੀ। ਮੁੜ ਕੇ ਦੋ ਕੁ ਮੁੰਡੇ ਹੋਰ ਆਏ ਧੁੱਗਿਆਂ ਦੇ ਪਾਣੀ ਕਵਾਲੇ ਦੇ, ਅਸੀਂ ਬੰਦੇ ਲਿਆਏਗੇ। ਉਹ ਮੁੜ ਕੇ ਆਏ ਨੇ। ਅੱਛਾ ਜੀ। ਉਹਨਾਂ ਨਾਲ ਮੈਂ ਤੇ ਇਸ ਭਾਜੀ ਛੋਟੇ ਕਵਾਲ ਨੇ ਤੇ ਇੰਦਰਜੀਤ ਜੋੜੀਏ ਨੇ। ਅੱਛਾ ਜੀ। ਮੈਂ ਮੰਗੀ ਵਾਲ ਹੋ ਗਿਆ ਤੇ ਇੰਦਰਜੀਤ ਦੂਏ ਪਾਸੇ ਹੋ ਗਿਆ, ਇਹ ਵੀ ਮੇਰੇ ਵੱਲ ਹੋ ਗਿਆ। ਅੱਛਾ ਜੀ। ਅਸੀਂ ਫੇਰ ਵੀ ਦੋ ਤਿੰਨ ਜਫੇ ਲਾ ਦਿੱਤੇ ਸੀ। ਗਾਂਧੀ ਬਹੁਤ ਤਕੜਾ ਸੀ, ਬਹੁਤ ਚੜਾਈ ਚ ਸੀ ਗਾਂਧੀ। ਅੱਛਾ, ਤੁਹਾਡੇ ਸਮੇਂ ਤੇ ਜਦੋਂ ਤੁਸੀਂ ਖੇਡਦੇ ਹੁੰਦੇ ਉਸ ਟਾਈਮ ਤੇ ਗਾਂਧੀ ਹੁਣਾਂ ਦੀ ਪੂਰੀ ਚੜਾਈ ਸੀ। ਪੂਰੀ ਚੜਾਈ ਸੀ, ਜਿੱਦਾਂ ਹੁਣ ਹਲੇ ਪਾਲੇ ਹੁੰਦੀ ਹੈ। ਠੀਕ ਹੈ ਜੀ। ਤੇ ਉਸ ਟਾਈਮ ਵੀ ਅਸੀਂ ਮੈਚ ਚੰਗਾ ਅਸੀਂ ਲਾਇਆ, ਤਿੰਨਾ ਚੌਂ ਬੰਦੇ ਨੇ ਬਹੁਤ ਵਧੀਆ। ਉੱਥੇ ਬੜੀ ਬੇਇੱਜ਼ਤੀ ਕੀਤੀ ਲੋਕਾਂ ਦੇ ਹੋਰਾਂ ਨੇ ਕਿ ਕਿਉਂ ਗੜੀਏ ਤੇ ਇਹ ਕਿਉਂ ਨਹੀਂ ਆਏ ਬੰਦੇ, ਕਿਉਂ ਦੌੜ ਗਏ, ਜੇ ਵਧੀਆ ਬੰਦੇ ਨਹੀਂ ਆਏ। ਇੱਕ ਇੱਕ ਜੇ ਵਧੀਆ ਬੰਦੇ ਨਹੀਂ ਆਏ। ਠੀਕ ਹੈ ਜੀ। ਅੱਜ ਕੱਲ੍ਹ ਨਹੀਂ ਅਸੀਂ ਭਾਊ ਹਰ ਜਾਈਏ ਫਿਰ ਖੇਲੋ ਜੁਗਰਾਂ ਨਾਲ। ਠੀਕ ਹੈ ਜੀ, ਠੀਕ ਹੈ। ਜਾਣ ਲਿਆ ਇੱਥੇ ਪੂਰਾ ਘਾਕ ਹੋ ਗਿਆ ਇੱਕ ਗਰਾਊਂਡ ਮਾਰੇ ਦੀ। ਅੱਛਾ ਜੀ। ਤੇ ਗਾਂਧੀ ਫੇਮ ਜਿਹਾ ਫਿਰ ਦੋਲ ਆ ਗਿਆ ਜੀ। ਠੀਕ ਹੈ। ਇੱਕ ਜਿਹੜਾ ਕਹਿੰਦੇ ਜੀ ਝਿੰਗੜਾ ਤੋਂ ਕਾਈਆ ਬਹੁਤ ਮਸ਼ਹੂਰ ਸੀਗਾ, ਕਈਏ ਨਾਲ ਮੈਂ ਖੇਲਿਆ ਜੀ, ਉਹਨਾਂ ਨੇ ਖੇਲਿਆ ਨਾ, ਮਾੜਾ ਦੱਸਿਓ ਕਿ ਉਹ ਕਿੱਦਾਂ ਦੇ ਪਲੇਅਰ ਸੀਗੇ? ਕਈਆ ਖੇਲਦਾ ਸੀ ਤੇ ਕਈਆ ਮੈਂ ਵੀ ਨਹੀਂ ਦੇਖਿਆ ਸੀ। ਅੱਛਾ ਜੀ। ਸਾਨੂੰ ਲੈ ਕੇ ਆਇਆ ਉੱਥੇ ਉਹ ਝਿੰਗੜੀ ਨਾਲ, ਉੱਥੇ ਸਕੂਲ 'ਚ ਹੁੰਦੇ ਮੈਚ। ਅੱਛਾ ਜੀ। ਕਹਿੰਦੇ ਪਰ ਕਈਆ, ਮੇਰੇ ਵੀ ਦਿਮਾਗ 'ਚ ਕੋਈ ਗੱਲ ਨਹੀਂ ਸੀ ਕਿ ਕਈਆ ਕੀ ਆ, ਭਾਈ ਕਾ ਪਰਵਾਹ ਹੀ ਕੋਈ ਨਹੀਂ, ਅਸੀਂ ਕਈਆ ਹੋਊਗਾ ਤੇ ਕੋਈ ਗੱਲ ਨਹੀਂ। ਮੈਂ ਕਿਹਾ ਅਸੀਂ ਅਸੀਂ ਮੈਂ ਇਕੱਠੇ ਕਰ ਲਿਆ ਇੱਦਾਂ। ਉਦੋਂ ਤਿੰਨ ਹੀ ਖੜੇ ਹੁੰਦੇ ਸੀ ਮੁੰਡੇ ਖੇਡਣ ਵਾਲੇ, ਚੈਨ ਦੇ ਵਿੱਚ ਤਿੰਨ ਜਾਣੇ ਲੱਗਦੇ ਸੀ। ਐਦਾਂ ਮੈਂ ਇਕੱਠੇ ਕਰ ਲਿਆ, ਮੈਨੂੰ ਪਤਾ ਸੀ ਵੀ ਜਿਹੜਾ ਬਾਹਰਲੀ ਕੰਨੀ ਤੇ ਹੁੰਦਾ ਨਾ ਮੁੰਡਾ ਵਧੀਆ ਲੱਗਦਾ, ਠੀਕ ਹੈ, ਮਾੜਾ ਨਹੀਂ ਲੱਗਦਾ। ਠੀਕ, ਮੈਂ ਕਿਹਾ ਲਾਉਣਾ ਹੀ ਬਾਹਰਲੀ ਕੰਨੀ ਵਾਲੇ ਨੂੰ ਹੱਥ ਆ ਭਾਵੇਂ ਜੋ ਮਰਜ਼ੀ ਹੋ ਜਾਵੇ। ਠੀਕ ਹੈ ਜੀ। ਤੇ ਮੈਂ ਖੇਡਿਆ ਉਹਦੇ ਨਾ, ਇਹ ਤਾਂ ਨਹੀਂ ਖੇਡੇ ਉਹਦੇ ਨੂੰ। ਕਈਆ ਜਾਫੀ ਸੀਗਾ ਜਾਂ ਰੇਡਰ ਸੀਗਾ? ਨਹੀਂ ਉਹ ਰੇਡਰ ਸੀਗਾ, ਰੇਡਰ ਸੀਗਾ। ਹਾਂ ਠੀਕ ਹੈ। ਅੱਛਾ, ਅਤੇ ਸਾਨੂੰ ਵੀਡੀਓ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ, ਪਤਾ ਲੱਗਿਆ ਸੀਗਾ ਕਿ ਇੰਗਲੈਂਡ ਵਾਸਤੇ ਵੀ ਆਪਾਂ ਦੇ ਵੀਜ਼ੇ ਲੱਗੇ ਸੀਗੇ, ਅਤੇ ਉਸ ਟਾਈਮ 'ਤੇ ਤੁਸੀਂ ਖੇਡੇ ਸੀਗੇ ਕਿ ਨਹੀਂ? ਗਾੜ ਇੱਦਾਂ ਜੀ, ਗਾੜ ਕਾਲਜ 'ਚ ਹੋਏ ਸੀ ਮੈਚ। ਅੱਛਾ ਜੀ। ਉੱਥੇ ਦੋ ਟੀਮਾਂ ਸਾਨੂੰ ਖੇਡਣੀਆਂ ਪੈਂਦੀਆਂ। ਅੱਛਾ ਜੀ। ਦੋ ਟੀਮਾਂ ਬਣਾ ਕੇ? ਨਹੀਂ ਨਹੀਂ, ਦੋ ਮੈਚ ਖੇਡਣੇ। ਅੱਛਾ, ਦੋ ਮੈਚ ਖੇਡਣੇ, ਦੋ ਖੇਡਣੇ ਪਏ ਸੀ। ਉਹ ਫਿਰ ਜਿਸਲੇ ਨਾ ਮੈਚ ਤਾਂ ਖੇਡਣੇ ਕੀ ਪੈ ਵੀ ਗੋਰੇ ਸੀਗੇ। ਅੱਛਾ ਜੀ। ਆ ਜਿਹੜੇ ਛਾਤੇ ਸੀ ਚੌੜੇ ਉਹਨਾਂ ਦੇ। ਅੱਛਾ ਜੀ। ਉਦੋਂ ਸਾਡੇ 'ਚ ਵੀ ਪੂਰੀ ਜਾਨ ਸੀਗੇ। ਠੀਕ ਹੈ ਜੀ, ਜਵਾਨੀ ਪੂਰੀ ਸੀ। ਸੁਣ ਲਿਓ ਗੱਲ, ਫਿਰ ਲਾਲ ਕਰ ਦਿੱਤੀਆਂ ਛਾਤੀਆਂ ਵਾ ਉਹਨਾਂ ਨੇ। ਅੱਛਾ ਜੀ। ਮੈਂ ਕਿਹਾ ਕਿਤੇ ਕੰਮ ਕਰੋ ਜਾ ਕੇ। ਕੋਚ ਉਹਨਾਂ ਦਾ ਆਇਆ ਦੌੜ ਕੇ, ਫਿਰ ਅਸੀਂ ਕੱਪੜੇ ਹਿੱਸੇ ਗਲਵੰਦ ਲਾਏ। ਅੱਛਾ ਜੀ। ਕੋਚ ਆਇਆ ਕਹਿੰਦਾ ਵੀ ਕਾਕਾ ਹੋ ਗਿਆ ਗੱਲ ਸੀ ਮਰ ਰਹੀ ਧੋਖੀ।
ਕਹਿੰਦਾ ਵੀ ਗੱਲ ਇੱਦਾਂ ਵੀ ਸਾਨੂੰ ਇਹ ਕੋਈ ਸਭ ਮੁੰਡਾ ਦੇ ਦਿਓ। ਅੱਛਾ ਜੀ। ਕਹਿੰਦਾ ਨਾ ਜੀ ਨਾ 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 ਇਹ ਤਾਂ ਮੁੰਡਾ ਅਸੀਂ ਇੱਥੇ ਸਾਡੇ ਇਲਾਕੇ ਦਾ ਨਾਂ ਰੋਸ਼ਨ ਕਰਾਉਣਾ। ਅੱਛਾ ਅੱਛਾ ਤੁਸੀਂ ਕਿੰਨੇ ਸਾਲ ਤਿੰਨਾਂ ਭਰਾਵਾਂ ਨੇ ਕਿੰਨੇ ਸਾਲ ਕਬੱਡੀ ਖੇਡੀ? 8 ਸਾਲ ਖੇਲੀ। 8 ਸਾਲ ਦੇ ਵਿੱਚ ਆਪਣੇ ਏਰੀਏ 'ਚ ਪੂਰਾ ਨਾਮ ਸੀਗਾ ਨਾ? ਤੇ ਇੱਕ ਤਾਂ ਤੁਸੀਂ ਇੱਦਾਂ ਵੀ ਤੁਸੀਂ ਕਹਿੰਦੇ ਨਾ ਵੀ ਨਾਮ ਸਾਡਾ ਦੇ ਨਾ ਪਿੰਡਾਂ 'ਚ ਜਾ ਕੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੁੱਛ ਲਓ ਵੀ ਕਿੱਦਾਂ ਦਾ ਨਾਮ ਸੀਗਾ। ਤੁਸੀਂ ਪੂਰੀ ਮਿਹਨਤ ਕਰਕੇ ਉਸ ਟਾਈਮ 'ਤੇ ਤੁਸੀਂ ਮਿਹਨਤ ਕਿਸ ਹਿਸਾਬ ਨਾਲ ਲਾਉਂਦੇ ਸੀਗੇ ਕਿ ਅੱਜ ਦੀ ਜਿਹੜੀ ਕਬੱਡੀ ਦੀ ਮਿਹਨਤ ਚੱਲਦੀ ਹੈ ਉਹ ਕਿਸ ਹਿਸਾਬ ਦੀ? ਮਾੜੇ ਜਾਓ ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਦੱਸੋ। ਇੱਦਾਂ ਵੀ ਪਹਿਲਾਂ ਤਾਂ ਖੇਡਣੀ ਕਬੱਡੀ, ਪੂਰੀ ਪ੍ਰੈਕਟਿਸ ਕਰਨੀ ਠੋਕ ਕੇ, ਮੁੜ ਕੇ ਫਿਰ ਉਸੇ ਗਰਾਊਂਡ ਦੇ ਵਿੱਚ ਅਸੀਂ ਨਾ ਲਗੋਟੇ ਕੱਛੇ ਤੇ ਵੈਸੇ ਲਾਏ ਸੀ, ਉੱਥੇ ਫਿਰ ਜ਼ੋਰ ਕਰਨਾ, ਘੁਲਣਾ ਪੈਣਾ, ਐਨ ਆਪਣਾ ਸਰੀਰ ਭੰਨ ਲੈਣਾ ਪੂਰਾ, ਠੀਕ ਆ, ਫਿਰ ਦੌੜਨਾ, ਤੜਕੇ 4 ਵਜੇ ਫਿਰ ਦੌੜਨ ਜਾਣਾ, ਡੰਡ ਬੈਠ ਕੇ ਠੋਕ ਕੇ ਰੱਖ ਕੇ ਮਾਰਨੀ ਆ, ਠੀਕ ਆ, ਤੇਲ ਸਰੋਂ ਦਾ ਮਾੜਾ, ਹੁਣ ਤਾਂ ਲੋਕੀ ਸਰੋਂ ਦੇ ਤੇਲ ਨੂੰ ਕਹਿੰਦੇ ਵੀ ਇਹ ਬਹੁਤ ਮਾੜਾ ਹੀ ਬਣਦਾ, ਠੀਕ ਹੈ। ਚਲੋ ਹੁਣ ਆਪਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਦੇ, ਭਾਜੀ ਤੁਸੀਂ ਆਪਣੇ ਬਾਰੇ ਵੀ ਦੱਸਿਓ। ਹਾਂਜੀ, ਅਸੀਂ ਮੈਂ ਨਾ 35 ਤੋਂ ਲੱਗ ਕੇ ਤਾਂ ਮੈਂ ਬਾਹਰ, ਉਦੋਂ ਬਾਹਰ ਦੀਆਂ ਟੀਮਾਂ ਹੁੰਦੀਆਂ ਸੀ, ਬਾਹਰ ਤੱਕ ਖੇਡਿਆ ਮੈਂ। ਅੱਛਾ ਜੀ। ਬਾਹਰ ਤੋਂ ਖੇਡਦਾ ਖੇਡਦਾ ਇੱਥੇ ਸਾਡੇ ਲਾਲੀ ਹੁਣੀ ਆਏ ਸੀਗੇ ਜਲੰਧਰੀਏ। ਅੱਛਾ ਜੀ। ਅਤੇ ਇੱਥੇ ਮੈਚ ਉਹ ਆ ਗਿਆ ਅਤੇ ਅਸੀਂ ਖੇਡਣ ਲੱਗ ਪਏ ਸੀ, ਮੈਂ ਅਤੇ ਇਹ ਮੇਰੇ ਤੋਂ ਕਲਵੰਤ ਵੱਡਾ, ਅਸੀਂ ਜਾਫੀ ਸੀ ਅਤੇ ਇਹ ਰੇਡਰ ਸੀਗੇ। ਅੱਛਾ ਜੀ। ਆ ਸੁੱਖੀ ਦੇ ਖੇਤ ਲਾਗੇ ਮੋਟਰ ਸਾਹਮਣੇ। ਅੱਛਾ ਜੀ। ਬਹੁਤ ਜ਼ਿਆਦਾ ਪਲੇਅਰ ਤਕੜੇ ਸੀ ਉਹ, ਉੱਥੇ ਫਿਰ ਅਸੀਂ ਜੱਫੇ ਉਹਨਾਂ ਨੂੰ ਲਾਏ। ਮੇਰਾ ਵੇਟ ਘੱਟ ਸੀਗਾ, ਮੈਂ 62 ਕਿਲੋ ਦੀ ਸਾਰੀ ਸੀਗੀ, ਮੈਂ 62 ਕਿਲੋ ਦੀ ਫਸਟ ਰੱਖੀ ਇੱਥੇ ਮੈਂ, ਫਿਰ ਮੈਂ ਇਹਨਾਂ ਨਾਲ ਜੱਫੇ ਵੀ ਲਵਾਏ। ਉਸ ਤੋਂ ਬਾਅਦ ਫਿਰ ਅਸੀਂ ਲੰਬੜ, ਇੱਥੇ ਬਿੰਦਰ ਹੁੰਦਾ ਸੀ ਉਹਦੇ ਅਸੀਂ ਨਾ ਮੈਚ ਇੱਥੇ ਆਪਣੇ ਟੂਰਨਾਮੈਂਟ ਰੱਖਿਆ, ਠੀਕ, ਉੱਥੇ ਫਿਰ ਤਾਂ ਸਾਡੇ ਲੱਗ ਗਏ ਇੱਕ ਪਟੋਰੀ ਸੀਗੀ ਝਾਵਾਂ ਪਟੋਰੀ, ਵਧੀਆ ਮੁੰਡੇ ਸੀ ਹਰਜੀਤ ਅਤੇ ਮੰਜੂ, ਠੀਕ ਹੈ ਜੀ, ਹਰਜੀਤ ਅਤੇ ਮੰਜੂ ਰੇਡਰ ਸੀਗੇ ਉਹ, ਠੀਕ ਹੈ, ਉਹ ਇੱਥੇ ਨਾ ਸਾਨੂੰ 1.5 ਨੰਬਰ 'ਤੇ ਜਿੱਤ ਕੇ ਚਲੇ ਗਿਆ, ਮੈਂ 62 ਕਿਲੋ ਸਿਰਫ ਰੱਖੀ, ਠੀਕ, ਅਸੀਂ ਬੜਾ ਸੀਗਾ ਵੀ ਯਾਰ ਉਹ ਕਿੱਦਾਂ ਜਿੱਤ ਕਿੱਦਾਂ ਗਿਆ ਸਰ, ਇਹਦੇ ਸੱਟ ਲੱਗ ਗਈ, ਨੱਕ ਦੇ ਹੱਡੀ ਇਹਦੀ ਕਰੈਕ ਹੋ ਗਈ। ਅੱਛਾ ਜੀ। ਅਜੇ ਤੱਕਰਾ ਦਿੰਗੀ ਆ, ਠੀਕ, ਅਤੇ ਜਿੱਤ ਕੇ ਚਲੇ ਗਏ। ਫਿਰ ਅਸੀਂ ਕਿਹਾ ਰੋਜ਼ਾਨਾ ਅਸੀਂ ਨਾਲੇ ਉੱਥੇ ਫੁੱਟਬਾਲ ਖੇਡਣਾ, ਨਾਲੇ ਅਸੀਂ ਦੌੜਨਾ, ਨਾਲੇ ਕਬੱਡੀ ਖੇਡਣੀ, ਨਾਲੇ ਘੁਲਣਾ, ਅਸੀਂ ਮੈਂ ਤਾਂ ਇਹ ਇੰਨੇ ਘੱਟ ਜਾਣਾ ਸ਼ੁਰੂ ਕਰਤਾ, ਠੀਕ ਹੈ। ਫਿਰ ਅਸੀਂ ਧੁੱਗੀ ਮੈਚ ਆ ਗਿਆ, ਧੁੱਗੇ ਕਲਾ ਮੈਚ ਆ ਗਿਆ, ਉੱਥੇ ਨਾ ਜਿਹਨੂੰ ਹੀ ਪੁੱਛਣ ਕਹਿੰਦੇ ਵੀ ਖੇਡਣਾ ਪਟੋਰੀ ਨਾ, ਇਹ ਪਹਿਲੇ ਆਏ ਗੜੀਏ ਕਹਿੰਦੇ ਅਸੀਂ ਨਹੀਂ ਖੇਡਣਾ, ਫਿਰ ਆਏ ਪੰਮਾ ਹੁਣੀ ਕਹਿੰਦੇ ਅਸੀਂ ਨਹੀਂ ਖੇਡਣਾ, ਫਿਰ ਅੰਬਾਲੀਆਂ ਨੂੰ ਕਹਿੰਦੇ ਖੇਡਣਾ, ਕਹਿੰਦੇ ਨਹੀਂ ਖੇਡਣਾ, ਮੈਂ ਕਿਹਾ ਪਾ ਮੈਚ ਆ ਸਾਡੇ ਨਾਲ। ਅੱਛਾ ਜੀ। ਮੈਂ ਕਿਹਾ ਪਾ ਦੇ ਮੈਚ, ਮੈਂ ਬਿੰਦਰ ਬੇਲੇ ਨੂੰ ਕਿਹਾ, ਮੈਂ ਕਿਹਾ ਭਾਜੀ ਪਾ ਦੋ, ਪਾ ਤੇ ਮੈਚ ਉਹਨਾਂ ਨੇ ਸਾਨੂੰ ਖਰੇ ਮੁੰਡੇ ਜੀ, ਬਹੁਤ ਜ਼ਿਆਦਾ ਵਧੀਆ ਟੀਮ ਸੀ ਪਟੋਰੀ ਦੀ, ਸਾਡੇ ਨਾਲ ਜਿਸ ਵੇਲੇ ਉਹ ਮੈਚ ਪਾਤਾ ਤੇ ਲੋਕੀ ਕਹਿਣ ਲਾ ਇਹ ਤੇ ਹੁਣ ਇੱਕ ਮਿੰਟ ਚ ਇਹਨਾਂ ਜਿੱਤੇ ਲੈ, ਮੈਂ ਕਿਹਾ ਅਸੀਂ ਮੱਥਾ ਟੇਕਿਆ ਮਹਾਰਾਜ ਦਾ ਨਾਂ ਲਿਆ, ਟੇਕ ਕੇ ਅਸੀਂ ਮੈਂ ਇਹਨੂੰ ਕਿਹਾ ਭਾਜੀ ਬਟਨ, ਮੈਂ ਕਿਹਾ ਕੱਪੜੇ ਲਾ ਲਾ, ਕਹਿੰਦਾ ਤੁਸੀਂ ਖੇਡ ਲਓ ਯਾਰ, ਵਿੱਚ ਖਰੇ ਜਿੱਤੀ ਜਾਣਾ, ਇਹਨੇ ਕਿਹਾ ਵੀ ਚੱਲ ਸਿਆਣਾ ਥੋੜ੍ਹੀ ਜਿਹੀ ਉਮਰ ਦਾ ਵੀ ਇਹਦੇ ਹਿਸਾਬ ਹੋ ਗਿਆ। ਅੱਛਾ ਚਲੋ ਅਸੀਂ ਵੜ ਗਏ, ਪਹਿਲਾਂ ਹਰਜੀਤ ਆਇਆ, ਮੈਂ ਕਿਹਾ ਸੱਜੇ ਹੱਥ ਦੌੜਨਾ ਮੈਂ ਕਲਵੰਤ, ਤੈਨੂੰ ਜਾਣ ਨਹੀਂ ਦੇਣਾ, ਮੈਂ ਕਿਹਾ ਠੀਕ ਹੈ ਜੀ, ਇਹ ਕਹਿੰਦਾ ਵੀ ਤੂੰ, ਮੈਂ ਕਿਹਾ ਮੈਂ ਫੜਨਾ, ਮੈਨੂੰ ਪਹਿਲਾਂ ਸਮਝਾ ਤਾ, ਇੱਕ ਮੁੰਡਾ ਕਾਲਾ ਕਾਲਾ ਸੀ, ਅਸੀਂ ਗੱਭੇ ਉਹਨੂੰ ਖੜਾ ਕੀਤਾ, ਇਹ ਸੱਜੇ ਹੱਥ ਲੱਗਿਆ, ਮੈਂ ਖੱਬੇ ਹੱਥ ਨਾਲ ਐਂ ਹੱਥ ਲਾ ਕੇ ਦੌੜਨ ਲੱਗੇ, ਮੈਂ ਕੋਈ ਨਹੀਂ ਮੈਂ ਤੈਨੂੰ ਦੱਸਦਾ ਵੀ ਕਿੱਦਾਂ ਦੌੜੀਦਾ, ਬਸ ਚੁੱਕ ਕੇ ਉੱਥੇ ਢਾ ਲਿਆ। ਉਹ ਜੀ ਨਾ ਬੁੱਢੇ ਉਹਨਾਂ ਦੇ ਬਹੁਤ ਨਾਲ ਆਉਂਦੇ ਸੀ ਪਟੋਰੀ ਦੇ, ਉਹ ਦੇਖਣ ਵੀ ਦੱਸਦਾ, ਕਹਿੰਦਾ ਵੀ ਦਿੱਤਾ ਮੁੰਡੇ ਨੇ ਇਸਨੇ ਸਾਡੇ ਹਰਜੀਤ ਨੂੰ ਢਾ ਲਿਆ, ਮੈਂ ਨਾ ਇਹਨੂੰ ਦੱਸਦਾ, ਮੈਂ ਕਿਹਾ ਮੰਜੂ ਰੇਟ ਆਉਣਾ, ਮੰਜੂ ਨੂੰ ਜਾਂਦੇ ਹੀ ਮੈਂ ਕਿਹਾ ਜੱਫਾ ਲਾ ਦੇ ਆਉਂਦੇ ਸਾਹਮਣੇ, ਮੈਂ ਕਿਹਾ ਇਹਨੂੰ ਛੱਡਣਾ ਨਹੀਂ, ਮੈਂ ਕਿਹਾ ਜਾਣ ਨਹੀਂ ਦੇਣਾ, ਇਹ ਨਾ ਆਉਂਦਾ ਮੰਜੂ ਨੂੰ ਚੁੱਕ ਕੇ ਬਾਹਰ ਮਾਰੇ, ਚੱਲ ਜੀ ਅਸੀਂ ਉਹ ਵੀ ਇਹਨੂੰ ਜੱਫਾ ਲਾ ਦਿੱਤਾ, ਮਗਰੋਂ ਸੋਢੀ ਡਾਕਟਰ ਸਾਡੇ ਵਧੀਆ ਸੀ, ਉਹਨੇ ਜੀ ਰੇਡਾਂ ਉਹਨੂੰ ਵੀ ਰੇਡਾਂ ਲੈਣ ਦੀਆਂ। ਔਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜਿੱਦਾਂ ਅੱਜ ਕਬੱਡੀ ਕੱਪਾਂ ਦੇ ਉੱਤੇ ਲੱਖਾਂ ਰੁਪਈਆ ਲੱਗ ਜਾਂਦਾ ਰੇਡਾਂ ਦੇ ਜਾਫੀਆਂ ਤੇ, ਤੁਹਾਡੇ ਟਾਈਮ ਦੇ ਉੱਤੇ ਕੀ ਲੱਗਦਾ ਹੁੰਦਾ? ਇੱਕ ਰੁਪਈਆ ਵੀ ਨਹੀਂ, 500 ਰੁਪਈਆ, ਇੱਕ ਵਾਰੀ ਮੈਨੂੰ 500, ਇੱਕ ਮਿੰਟ, ਇੱਕ ਵਾਰੀ ਮੈਨੂੰ 500 ਰੁਪਈਆ ਮਿਲਿਆ ਬੁੱਢੀ ਪਿੰਡ ਸਕੂਲ ਦੇ। ਅੱਛਾ ਜੀ। ਉਹ ਸਾਨੂੰ ਕਦੇ ਪੈਸਾ ਨਾ ਕੋਈ ਹੁੰਦਾ ਸੀ ਕਿਸੇ ਤੋਂ, ਨਾ ਹੀ ਦਿੰਦਾ ਸੀ ਕੋਈ ਵੀ ਨਹੀਂ, ਬੁੱਢੀ ਪਿੰਡ ਨਾ ਮੁੰਡੇ ਨਾ ਇੱਥੇ ਚੋਕੇ ਦੇ ਸੀਗੇ, ਬਹੁਤ ਖਰੇ ਸੀ ਮੁੰਡੇ, ਉਹ ਮੁੰਡੇ ਨਾ ਹੋਰ ਹੀ ਸੀ ਤੇ ਮੈਨੂੰ ਕਹਿੰਦਾ ਭਾਜੀ ਸਾਡੇ 'ਚ ਖੇਡ ਲੈ, ਮੈਂ ਕਿਹਾ ਕੋਈ ਨਹੀਂ ਯਾਰ, ਮੈਂ ਕਿਹਾ ਮਾੜੀ ਟੀਮ 'ਚ ਖੇਲੂੰਗਾ, ਮੈਂ ਚੰਗੀ ਟੀਮ 'ਚ ਨਹੀਂ ਖੇਡਣਾ, ਮੈਂ ਹਾਫ ਹੋ ਗਿਆ, ਹਾਫ ਹੋ ਗਿਆ ਸਾਡੀਆਂ ਰੇਡਾਂ 12 ਵੱਧ,
ਅੱਛਾ ਜੀ ਕਹਿੰਦੇ ਕੀ ਖਾਦਾ ਮੈਂ ਕਿਹਾ ਪੁੱਤ ਮਿਹਨਤ ਮਾਰੀ ਹੈ ਠੀਕ ਹੈ ਖੁਰਾਕ ਖਾਦੀ ਹੈ ਮਿਹਨਤ ਕੀਤੀ ਬੰਦਾ ਸੋਹਣਾ ਇਹਦਾ ਗੇਮ ਉਹ ਹਰਾਣੀ ਹਰਾਏ ਸੀ ਗਈ ਮੁੜ ਕੇ ਟੀਮ ਖਤਮ ਹੋ ਗਈ ਮੋੜਾ ਖੇਲੇ ਹੀ ਨਹੀਂ ਸਾਡਾ ਠੀਕ ਹੈ ਮੁੜ ਕੇ ਸੱਚਾਈ ਹੈ ਸੱਚੀ ਪਾਸ਼ਾ ਹੀ ਜਾ ਕੇ ਕਹਿੰਦਾ ਫਿਰ ਬੁੜੀ ਪਿੰਡ ਸਕੂਲੇ ਫਿਰ ਮੈਨੂੰ ਉੱਥੇ 500 ਰੁਪਇਆ ਮਿਲਿਆ ਉਹ ਮੁੰਡੇ ਬਹੁਤ ਰੇਡਰ ਖੜੇ ਸੀ ਉਹ ਮੈਂ ਕਹਾ ਮੈਂ ਆਪਣੇ ਦਿਲ ਚ ਕਹਾਂ ਮੈਂ ਕੋਈ ਨਹੀਂ ਅਸੀਂ ਅਰਜਾਨਾ ਜੇ ਅਸੀਂ ਖੇਲਦੇ ਸੀ ਆ ਪ੍ਰੈਕਟਿਸ ਕਰਦੇ ਮੈਂ ਕਹਾ ਕੋਈ ਨਹੀਂ ਉਹ ਕਹਿੰਦਾ ਭਾਜੀ ਇਹਨੇ ਇੱਕ ਵਾਰੀ ਫੜ ਲਾ ਲਾਡੀ ਲਾਡੀ ਮੁੰਡਾ ਬਹੁਤ ਖਰਾ ਸੀ ਉੱਠਿਆ ਅੱਛਾ ਮੈਂ ਕਹਾ ਕੋਈ ਨਹੀਂ ਆਉਣ ਦੇ ਬਾਗਿਆਂ ਵਾਲਾ ਮੈਨੂੰ ਮੈਨੂੰ ਗੋਪੀ ਭਾਜੀ ਹੋਣਾ ਦੱਸਿਆ ਕਿ ਤੁਹਾਡੇ ਚੋਂ ਸੰਦੀਪ ਨੰਗਲ ਸੰਦੀਪ ਨੰਗਲਿਆ ਸਾਡੇ ਸਾਡੇ ਸੰਦੀਪ ਲੱਲੀਆਂ ਵਾਲੇ ਨਾਲ ਵੀ ਸ਼ਾਇਦ ਖੇਡੇ ਨਾ ਅਸੀਂ ਖੇਡੇ ਉਹਨਾਂ ਇੱਥੇ ਤੇ ਉਹ ਨਾ ਜਿੰਦੇ ਉਹਨਾਂ ਨੇ ਸੰਦੀਪ ਲੱਲੀਆਂ ਵਾਲਾ ਲਿਆਂਦਾ ਸੀ ਅਸੀਂ ਨਾਣੂ ਤਾਂ ਬੀੜਾ ਲੈ ਕੇ ਆਏ ਸੀ ਮੈਂ ਆਪ ਕੋਚ ਫੈਕਟਰੀ ਲੈ ਕੇ ਆਇਆ ਸੀ ਅੱਛਾ ਜੀ ਉਦੋਂ ਦੋ ਮੁੰਡੇ ਬਾਹਰੋਂ ਪਾਣ ਅਸੀਂ ਰੱਖੇ ਸੀ ਮੈਂ ਅਸੀਂ ਟੂਰਨਾਮੈਂਟ ਕਰਾਇਆ ਸੀ ਅੱਛਾ ਜੀ ਇਹ ਜੀ ਸੰਦੀਪ ਤੇ ਇੱਕ ਹੋਰ ਉਹਦਾ ਮੁੰਡਾ ਨਾਂ ਨਹੀਂ ਮੈਨੂੰ ਇਹਦੇ ਆ ਰਿਹਾ ਉਹ ਜਾਫੀ ਸੀ ਤੇ ਸੰਦੀਪ ਇਹ ਰੇਡਾਂ ਪਾਉਂਦਾ ਸੀ ਜਿਸ ਟਾਈਮ ਤੇ ਸੰਦੀਪ ਤੁਹਾਡੇ ਪਿੰਡ ਖੇਡਣ ਆਇਆ ਸੀ ਤੁਹਾਡੇ ਨਾਲ ਟੂਰਨਾਮੈਂਟ ਦੇ ਉੱਤੇ ਉਸ ਟਾਈਮ ਤੇ ਸੰਦੀਪ ਦਾ ਕਿੰਨਾ ਕੁ ਨਾਮ ਸੀਗਾ ਵਧੀਆ ਨਾਮ ਸੀ ਵਧੀਆ ਨਾਮ ਸੀ ਮੁੰਡਾ ਸੰਦੀਪ ਲੱਲੀਆਂ ਵਾਲਾ ਅਸੀਂ ਨਾ ਨਾਣ ਨੂੰ ਤਾਂ ਲਿਆਂਦਾ ਸੀ ਮੈਂ ਕਿਹਾ ਚੱਲ ਇਹ ਸਾਡੇ ਤੋਂ ਵਧੀਆ ਭਾਰਤ ਆ ਤੇ ਉਦਾਂ ਵੀ ਜੋਰੋਂ ਵਧੀਆ ਸੀ ਤਾਂ ਮੈਂ ਕਿਹਾ ਚੱਲ ਇੱਕ ਦੋ ਜੱਫੇ ਲਾਊਗਾ ਨਾਣੂ ਨੂੰ ਮੈਂ ਚਾਹ ਪਲਾਉਣ ਗਿਆ ਉੱਥੇ ਉਹਨਾਂ ਪਤਾ ਨਹੀਂ ਕੀ ਗਿੜਮਿਟ ਕੀਤੀ ਬਸ ਉੱਥੇ ਉਸਨੇ ਨਾ ਰਲ ਗਿਆ ਆ ਤੇ ਮੈਂ ਉਦਾਂ ਬਹੁਤ ਵਾਰੀ ਸੰਦੀਪ ਨੂੰ ਪਿਆ ਇਹ ਵੀ ਬਹੁਤ ਵਾਰੀ ਪਿਆ ਸਾਡੇ ਕੋਲ ਜੱਫਾ ਨਹੀਂ ਉਹਨੂੰ ਲੱਗਿਆ ਸੰਦੀਪ ਨੰਗਲੇ ਮੇਰੇ ਪੂਰੀ ਚੜਾਈ ਸੀਗੀ ਜਿਸ ਨਾਲ ਬਹੁਤ ਚੜਾਈ ਸੀ ਸੰਦੀਪ ਤੋਂ ਸਾਨੂੰ ਜੱਫਾ ਨਹੀਂ ਲੱਗਾ ਅਸੀਂ ਸੰਦੀਪ ਆਪਾਂ ਬਹੁਤ ਸਾਰੇ ਲੋਕਾਂ ਤੋਂ ਪੁੱਛਿਆ ਕਿ ਸੰਦੀਪ ਨੰਗਲ ਅੰਬੀਆ 5.5 ਫੁੱਟ ਉੱਚੀ ਛਾਲ ਮਾਰ ਜਾਂਦਾ ਕਿ ਤੁਹਾਡੇ ਪਿੰਡ ਉਸ ਟੂਰਨਾਮੈਂਟ ਦੇ ਵੀ ਮਾਰੀ ਸੀ ਨਹੀਂ ਛਾਲ ਨਹੀਂ ਨਹੀਂ ਮੈਂ ਮਾਰਦਾ ਜ਼ਰੂਰ ਦੇਖਿਆ ਜੀ ਮਾਰਦਾ ਦੇਖਿਆ ਜੀ ਦੇਖਿਆ ਮਾਰਦਾ ਝਾਮੀ ਮੈਂ ਠੀਕ ਆਹ ਕੀ ਬਾਤ ਹੈ ਮੁੰਡੇ ਦੀ ਕਹਿੰਦੇ ਛਾਲ ਬੜੀ ਉੱਚੀ ਮਾਰਦਾ ਬਹੁਤ ਛਾਲ ਔਰ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰਦਾ ਕਿ ਜਿੱਦਾਂ ਅੱਜ ਕਬੱਡੀ ਦੇ ਵਿੱਚ ਜਦੋਂ ਫਸਟ ਪ੍ਰਾਈਜ ਜਾਂ ਸੈਕੰਡ ਪ੍ਰਾਈਜ ਲੱਖਾਂ ਰੁਪਈਆ ਰੱਖ ਦਿੱਤਾ ਤੁਹਾਡੇ ਸਮਿਆਂ ਤੇ ਕਿੰਨਾ ਕਿੰਨਾ ਪ੍ਰਾਈਜ ਸੀਗਾ ਜੀ 1 ਰੁਪਈਆ ਬਣਾਇਆ ਉਸ ਟਾਈਮ ਤੇ ਕੱਛੇ ਬਣਾ ਦਿੰਦੇ ਸਨ ਸਾਬਣ ਦਾ ਨਹੀਂ ਆ ਗਲਾਸ ਫਿਰ ਪਈਆਂ ਸਾਰੀਆਂ ਬਣ ਕੀ ਗਿਆ ਇੱਥੇ ਬਾਜ ਮੈਂ ਹੋਰ ਮੈਚ ਖੇਲਿਆ ਸੀ ਮੰਗੂ ਹੋਣਾ ਬੋਦਰਵੇਸ਼ ਨਾਲ ਗਦੇ ਸਾਹਿਬ ਨਾਲ ਠੀਕ ਹੈ ਜੀ ਉਹ ਸਾਨੂੰ ਜਿੱਤ ਗਿਆ ਸਰਤਾਜ ਵੀ ਲੈਂਦਾ ਸਰਤਾਜ ਨਾਲ ਉਹ ਸਾਨੂੰ ਜਿੱਤ ਗਿਆ ਤੇਰੇ ਬਾਜੀ ਹੁੰਦਾ ਪੈ ਗਿਆ ਬਾਜੀ ਹੁਣ ਦਾ ਬਾਜੀ ਹੁਣ ਜੀ ਹੁੰਦਾ ਫੇਰ ਜਿੱਤ ਗਿਆ ਠੀਕ ਹੈ ਜੀ ਸਾਡੀ ਵਧੀਆ ਪੋਜੀਸ਼ਨ ਜਾਲਾ ਵਿੱਚ ਵੀ ਦੋ ਨੰਬਰ ਤੇ ਆ ਗਏ ਸੀ ਠੀਕ ਲੀਗ ਮੈਚਾਂ 'ਚ ਵੀ ਲੀਗ ਮੈਚ ਵਧੀਆ ਖੇਲੇ ਠੀਕ ਰੱਜ ਕੇ ਵਧੀਆ ਵਾਹਿਗੁਰੂ ਨੂੰ ਜਾਣਦਾ ਜੀ ਸੱਚ ਬੋਲਣਾ ਚਾਹੀਦਾ ਸੁਭਾਨ ਅੱਲਾ ਮੈਚ ਅਸੀਂ ਔਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਹੋਰ ਪੁੱਛਦਾ ਹਾਂਜੀ ਕਿ ਉਸ ਟਾਈਮ ਦੇ ਉੱਤੇ ਤੋਖੀ ਮਾਨਗੜੀਆ ਤੋਖੀ ਅੰਬਾਲਾ ਜੱਟਾ ਜਾਂ ਤਾਰੀ ਮੂਨਕਾ ਵਾਲਾ ਉਸ ਟਾਈਮ ਤੇ ਤੁਹਾਡੇ ਤੋਂ ਪਹਿਲਾਂ ਸੀਗੇ ਜਾਂ ਤੁਹਾਡੇ ਤੋਂ ਬਾਅਦ ਚ ਖੇਡੇ ਹੋ ਨਹੀਂ ਪਹਿਲਾਂ ਔਰ ਇਹਨਾਂ ਦੀ ਕਬੱਡੀ ਕਿਵੇਂ ਦੀ ਸੀ ਨਹੀਂ ਅਸੀਂ ਜਿਹੜੀ ਅਸੀਂ ਖੇਡਣੀ ਸੀ ਇਹ ਸੁਣੀ ਆ ਗੱਲ ਵੀ ਬਹੁਤ ਵਧੀਆ ਸੀ ਬਹੁਤ ਵਧੀਆ ਸੀਗੀ ਤੋਖੀ ਦਾ ਬਹੁਤ ਮੈਂ ਕਦੀ ਖੇਲਦੇ ਨਹੀਂ ਦੇਖੇ ਇਹ ਜਾਫੀ ਵੀ ਕਹਿੰਦੇ ਵਧੀਆ ਸੀ ਤਾਂ ਰੈਡਰ ਵੀ ਬਹੁਤ ਵਧੀਆ ਕਰੀ ਖੇਡਦਾ ਮੈਂ ਗੱਡੀ ਵਾਲੇ ਦੇਖਿਆ ਇੱਕ ਵਾਰ ਬੁੜੀ ਮੈਂ ਸਕੂਲ ਦੇਖਿਆ ਇੱਕ ਵਾਰ ਮੈਂ ਟਾਂਡੇ ਦੇਖਿਆ ਮਿੱਟੀ ਵੀ ਨਹੀਂ ਲੱਗ ਰਿਹਾ ਸੀ ਵਧੀਆ ਸੀ ਉਹ ਕਿਆ ਬਾਤ ਹੈ ਬਹੁਤ ਦੌੜਦਾ ਸੀ ਇਹ ਬਜਨੀ ਕਬੱਡੀ ਖੇਲਦੇ ਸੀਗੇ ਤਾਰੀ ਹੁਣੀ ਜਾਂ ਓਪਨ ਓਪਨ ਖੇਲਦੇ ਸੀਗੇ ਠੀਕ ਹੈ ਪਾਕਿਸਤਾਨ ਵੀ ਬਹੁਤ ਵਧੀਆ ਖੇਲਿਆ ਸੀ ਕਹਿੰਦੇ ਦੱਸਦੇ ਸੀ ਕਿ ਤੁਹਾਡੇ ਤਿੰਨਾਂ ਭਰਾਵਾਂ ਦੇ ਉਸ ਟਾਈਮ ਤੇ ਕੋਈ ਬਾਹਰਲੀ ਕੰਟਰੀ ਦਾ ਕਿਸੇ ਦਾ ਵੀਜ਼ਾ ਲੱਗਾ ਹੋਵੇ ਨਹੀਂ ਜੀ ਨਹੀਂ ਕੋਈ ਨਹੀਂ ਨਹੀਂ ਲੱਗਾ ਕਿਸੇ ਨੇ ਸਪੋਰਟ ਨਹੀਂ ਕੀਤੀ ਜਾਂ ਕੋਈ ਪ੍ਰਮੋਟਰ ਨਹੀਂ ਮਿਲਿਆ ਕੋਈ ਰੀਪਾਂ ਨੂੰ ਪੁੱਛਿਆ ਨਹੀਂ ਤਾਂ ਠੀਕ ਹੈ ਸੱਚੀ ਗੱਲ ਉਸ ਟਾਈਮ ਤੇ ਫਿਰ ਅਸੀਂ ਨਾ ਜਦ ਪਿੰਜ ਕਰਾਏ ਮੈਚ ਜੀ ਅਸੀਂ ਆਪਣੇ ਕੋਲ ਰੱਖਿਆ ਜੋ ਵੀ ਫਿੱਕੇ ਦੇ ਅੱਛਾ ਜੀ ਫਸਟ ਨੂੰ ਵੀ ਸੈਕੰਡ ਨੂੰ ਸੈਕੰਡ ਨੂੰ ਵੀ ਉਹ ਵੀ ਇੱਕ ਅਸੀਂ ਸੈਕੰਡ ਲਿਆ ਤੇ ਇੱਕ ਫਸਟ ਦਿੱਤਾ ਜੀ ਉਹ ਤੇ ਨਹੀਂ ਮਾਰ ਕਰੋ ਪੀਪੇ ਜਿੱਤ ਕੇ ਲਿਆਂਦੇ ਇੱਕ ਵਾਰ ਇੱਥੋਂ ਵੀ ਚੱਲਦਾ ਜਿੱਦਾਂ ਜਿੱਦਾਂ ਹੁਣ ਲੋਕੀ 10,000 ਰੱਖਣਾ ਪਿਆ 25,000 ਰੱਖਣਾ ਪਿਆ ਫਿਰ ਕੰਮ ਵਧਣਾ ਪਿਆ
पहले समयां दे विच कबड्डी किवें दी सी ते अज दी कबड्डी किवें दी आ और जिहड़े अज प्लेयर उठ रहे आ नवें उहनां नूं तुसीं की सुझाव देना चाहुंदे हो? उहनां नूं सुझाव कादी आ, उहनां नूं पैसे मिलने चाहीदे, बस गल खत्म। पैसों की सुझाव से खेली सुझाव घेर तो दिखाना चाहिए, कोई बिलकुल माड़ा काम नशे वाला नहीं करना चाहिए। जिन्नी भी कोई बदाम जां कोई भी चीज है घेर दुध खाओ, मेहनत मारो, नशे नहीं नशे गेम खेल सकते। चलो दोस्तों, ये सन तिने भरा जौला पिंड दे जिन्हां ने अपने समय दे विच बहुत ज़्यादा तगड़ी कबड्डी खेडी हैगी आ। आपां इसे तरीके नाल पुराने प्लेयरां नूं भी तुहाडे रूबरूब करवाउंदे रहांगे। आस करदे हां कि तुहानूं अज दी वीडियो वधिया लगी होएगी। साडी इस वीडियो नूं वध तों वध शेयर करो, साडे चैनल नूं सबसक्राइब करो। धन्नवाद जी तुहाडा सारिआं दा समां देण लई। सति श्री अकाल जी।